ਪਾਣੀਆਂ ਦੇ ਰਾਖੇ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਅਤੇ ਹਜ਼ਾਰਾਂ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਅਤੇ ਭਾਈ ਨੋਕ ਸਿੰਘ ਬੱਬਰ ਅਤੇ ਹੋਰ ਸਿੰਘਾਂ ਦਾ ਕਾਤਲ ਕਰਨ ਵਾਲੇ ਅਜਹਾਰ ਆਲਮ ਨੂੰ ਬਾਦਲਾਂ ਨੇ ਤਰੱਕੀਆਂ ਕਿਉਂ ਦਿੱਤੀਆਂ? ਪ੍ਰੈਸ ਕਾਨਫਰੰਸ ਵਿੱਚ ਆਪਣੇ ਪੱਤਰਕਾਰਾਂ ਨੂੰ ਪੱਤਰ ਭੇਜਿਆ ਸੀ ਵੀ ਬਾਦਲਾਂ ਨੂੰ ਛੱਡ ਕੇ ਹੋਰ ਜਿਹਨੂੰ ਮਰਜ਼ੀ ਕੋਈ ਵੋਟ ਪਾਵੇ, ਪਰ ਬਾਦਲਾਂ ਨੂੰ ਕੋਈ ਵੋਟ ਨਾ। ਇਹ ਅਸੀਂ ਅਗਲੇ ਦਿਨ ਹੀ ਸਪਸ਼ਟੀਕਰਨ ਦੇ ਦਿੱਤਾ ਸੀ। ਆਪਣਾ ਵਿਰਸਾ ਸਿੰਘ ਬਲਟੋਆ ਨੇ ਇੱਕ ਸਵਾਲ ਕੀਤਾ ਹੈ ਕਿ ਸੁਲਤਾਨਪੁਰ ਲੋਧੀ 4 ਵਜੇ ਪੁਲਿਸ ਆਣ ਕੇ ਉੱਥੇ ਆਈ ਹੈ ਅਤੇ ਇਹਨਾਂ ਬਾਰੇ ਬੋਲੇ ਕਿਉਂ ਨਹੀਂ? ਉੱਥੇ ਜਿਹੜਾ ਹੈਗਾ ਸੀ ਉਹ 2 ਜਥਿਆਂ ਦਾ ਆਪਸੀ ਲੜਾਈ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੈਸ ਨੋਟ: 5 ਸਿੰਘਾਂ ਨੇ ਵਿਰਸਾ ਸਿੰਘ ਬਲਟੋਹਾ ਵੱਲੋਂ ਦੋਸ਼ ਲਗਾਏ ਜਾਣ ਦੇ ਬਾਅਦ ਕੀਤੀ ਸਵਾਲਾਂ ਨਾਲ ਘੇਰਾਬੰਦੀ। ਅੰਮ੍ਰਿਤਸਰ 22 ਜਨਵਰੀ ਗੁਰਮੀਤ ਰਾਮ ਰਹੀਮ ਨੂੰ ਬਿਨ ਮਾਫ਼ੀ ਮੰਗਲ ਦਾ ਵਿਰੋਧ ਕਰਨ ਕਰਕੇ ਬਰਖਾਸਤ 5 ਸਿੰਘਾਂ ਨੇ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਬਲਟੋਹਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ, ਬੇਤੁੱਕਾ, ਥੋਥਾ ਦੱਸਦੇ ਹੋਏ ਇਹਨਾਂ ਦਾ ਖੰਡਨ ਕੀਤਾ। ਅੱਜ ਪ੍ਰੈਸ ਕਾਨਫਰੰਸ ਦੌਰਾਨ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਡੀਆਂ, ਭਾਈ ਤਰਲੋਕ ਸਿੰਘ ਅਤੇ ਭਾਈ ਮੇਜਰ ਸਿੰਘ ਨੇ ਕਿਹਾ ਕਿ ਆਚਾਰ ਅਤੇ ਪੰਥਕ ਸੱਚਾਦਾਰ ਤੋਂ ਵਾਂਝੇ ਵਿਰਸਾ ਸਿੰਘ ਬਲਟੋਹਾ ਬੇਲਗਾਮ ਹੋ ਕੇ ਅਕਾਲੀ ਦਲ ਦਾ ਹੋਰ ਵੀ ਨੁਕਸਾਨ ਕਰਨ ਲਈ ਤੁਲਿਆ ਹੋਇਆ ਹੈ। ਉਹਨਾਂ ਕਿਹਾ ਕਿ 2017 ਦੀ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਭਾਈ ਮੇਜਰ ਸਿੰਘ ਜੀ ਦੇ ਘਰ ਮਿਲਣ ਆਇਆ ਸੀ ਅਤੇ ਅਸੀਂ ਉਸ ਨੂੰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਲਈ ਕਿਹਾ ਸੀ। ਉਹਨਾਂ ਸਪਸ਼ਟ ਕੀਤਾ ਕਿ ਅਸੀਂ ਕੇਜਰੀਵਾਲ ਦਾ ਕਦੀ ਵੀ ਸਮਰਥਨ ਨਹੀਂ ਕੀਤਾ ਅਤੇ ਨਾ ਹੀ ਕਦੀ ਕਰਾਂਗੇ, ਕਿਉਂਕਿ ਉਹ ਪੰਥਕ ਹਿੱਤਾਂ ਦੀ ਰਾਖੀ ਨਹੀਂ ਕਰ ਸਕਦਾ। ਹਾਂ, ਅਸੀਂ ਇਸ ਵਿਚਾਰਧਾਰਾ ਦੇ ਹਮੇਸ਼ਾ ਮਦਈ ਰਹੇ ਹਾਂ ਕਿ ਗੁਰਸਿੱਖਾਂ ਨੂੰ ਜਿਤਾਇਆ ਜਾਵੇ ਤਾਂ ਜੋ ਪੰਜਾਬ ਅਤੇ ਪੰਥ ਦਾ ਭਲਾ ਹੋ ਸਕੇ। ਉਹਨਾਂ ਕਿਹਾ ਕਿ ਕੇਜਰੀਵਾਲ ਦੀ ਪੰਜਾਬ ਵਿੱਚ ਸਿਆਸੀ ਪੈਰ ਧਰਾਈ ਪਿੱਛੇ ਵਿਰਸਾ ਸਿੰਘ ਦੇ ਅਕਾਵਾਂ ਵੱਲੋਂ ਕੀਤੇ ਪੰਥਕ ਗੁਨਾਹ ਅਤੇ RSS ਨਾਲ ਰਲ ਕੇ ਗੁਰਮਤਿ ਸਿਧਾਂਤਾਂ ਦੀਆਂ ਧੰਜੀਆਂ ਉਡਾਉਣਾ ਅਤੇ ਸਿੱਖ ਸੰਸਥਾਵਾਂ ਦਾ ਨਿੱਜੀ ਹਿੱਤਾਂ ਲਈ ਵਰਤਣਾ ਸ਼ਾਮਲ ਹੈ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਹਰ ਪੰਥਕ ਮੰਚ 'ਤੇ ਸ਼ਾਮਲ ਹੁੰਦੇ ਰਹੇ, ਚਾਹੇ ਬਰਗਾੜੀ ਮੋਰਚਾ, ਚਾਹੇ ਕੌਮੀ ਇਨਸਾਫ਼ ਮੋਰਚਾ, ਭਾਵੇਂ ਹੋਰ ਜਿੰਨੇ ਵੀ ਮੋਰਚੇ ਲੱਗੇ, ਭਾਵੇਂ ਅੰਬ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਲਿਖਿਆ ਲੱਗਾ ਸੀ, ਉੱਥੇ ਵੀ ਸਾਰੇ ਗਵਾਲੀਅਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਸਮਾਗਮ ਵੀ ਕਰਦੇ ਰਹੇ ਹਾਂ। ਪੰਜਾਂ ਸਿੰਘਾਂ ਨੇ ਕਿਹਾ ਕਿ ਵਲਸੋਵਾ ਸਿੰਘ ਬਲਟੋਹਾ ਨੂੰ ਸਵਾਲ ਕੀਤਾ ਹੈ ਕਿ ਭਾਈ ਗੁਰਮੁਖ ਸਿੰਘ ਦੇ ਖੁਲਾਸੇ ਤੋਂ ਬਾਅਦ ਬਾਦਲਾਂ ਨੇ ਜਥੇਦਾਰਾਂ ਨੂੰ ਆਪਣੀ ਕੋਠੀ ਸੱਦ ਕੇ ਰਾਮ ਰਹੀਮ ਨੂੰ ਮੁਆਫ਼ ਕਰਨ ਲਈ ਕਿਹਾ ਸੀ, ਉਦੋਂ ਉਹ ਕਿਉਂ ਨਹੀਂ ਬੋਲੇ? ਉਹ ਦੱਸ ਸਕਦੇ ਹਨ ਕਿ ਬਾਦਲਾਂ ਦੇ ਜਥੇਦਾਰਾਂ ਨੇ ਰਾਮ ਰਹੀਮ ਨੂੰ ਮੁਆਫ਼ੀ ਕਿਸ ਬੁਨਿਆਦ 'ਤੇ ਦਿੱਤੀ ਸੀ? ਉਸ ਨੂੰ ਜਾਇਜ਼ ਸਾਬਤ ਕਰਨ ਲਈ ਗੁਰੂ ਕੀ ਗੋਲਕ ਵਿੱਚੋਂ 90 ਲੱਖ ਦਾ ਨਜਾਇਜ਼ ਖਰਚਾ ਇਸ਼ਤਿਹਾਰਾਂ 'ਤੇ ਕਿਉਂ ਖਰਚ ਕੀਤਾ ਗਿਆ? ਸ੍ਰੀ ਅਕਾਲ ਤਖਤ ਸਾਹਿਬ ਅਤੇ ਅੰਮ੍ਰਿਤਸਰ ਚਾਰ ਦੀ ਸੇਵਾ ਨਿਭਾ ਰਹੇ 5 ਸਿੰਘਾਂ ਨੂੰ ਪੰਥਕ ਮਰਿਆਦਾ ਦੀ ਪਹਿਰੇਦਾਰੀ ਕਰਦੇ ਹੋਏ ਜਦ ਬਾਦਲ ਪਰਿਵਾਰ ਦੇ ਹੁਕਮ ਨਾਲ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ, ਉਸ ਵੇਲੇ ਵਿਰਸਾ ਸਿੰਘ ਅਕਾਲ ਤਖਤ ਸਾਹਿਬ ਨਾਲ ਖੜ੍ਹਾ ਸੀ ਜਾਂ ਬਾਦਲਾਂ ਦੇ ਪੈਰਾਂ ਵਿੱਚ ਬੈਠਾ ਸੀ? ਉਹਨਾਂ ਦੋਸ਼ ਲਗਾਇਆ ਕਿ ਵਿਰਸਾ ਸਿੰਘ ਪੰਥ ਵਿਰੋਧੀਆਂ ਦੇ ਇਸ਼ਾਰੇ 'ਤੇ ਧਾਰਮਿਕ ਸ਼ਖਸੀਅਤਾਂ ਦੀ ਕਿਰਦਾਰ ਕੁਸੀ ਕਰਕੇ ਸਿੱਖ ਭਾਈਚਾਰੇ ਨਾਲ ਨੁਕਸਾਨ ਕਰਨ ਦਾ ਵੱਡਾ ਗੁਨਾਹ ਕਰ ਰਿਹਾ ਹੈ। ਉਸ ਦਾ ਮੰਤਵ ਹੈ ਕਿ ਨਜ਼ਦੀਕੀ ਰਹੇ ਸਵਰਨ ਸਿੰਘ ਘੋਟਣੇ
ਅਤੇ ਜਥੇਦਾਰ ਗੁਰਦੇਵ ਵੱਲੋਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਕੋਹ ਕੇ ਸ਼ਹੀਦ ਕਰਨ ਦੇ ਮਾਮਲੇ ਵਿੱਚ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ। ਪੰਜ ਸਿੰਘਾਂ ਨੇ ਸੰਗਤ ਦੀ ਆਵਾਜ਼ ਦਾ ਹਵਾਲਾ ਦਿੰਦੇ ਹੋਏ ਵਿਰਸਾ ਸਿੰਘ ਵਟੋਆ ਨੂੰ ਸਵਾਲ ਕੀਤਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੋਚ 'ਤੇ ਪਹਿਰਾ ਦਿਆਂਗੇ ਠੋਕੇ ਦੇ ਨਾਅਰਾ ਕਰਨ ਵਾਲਾ ਬਾਦਲਾਂ ਦੀ ਸੋਚ ਦਾ ਪਹਿਰੇਦਾਰ ਕਿਵੇਂ ਬਣ ਗਿਆ, ਜਦਕਿ ਇਹਨਾਂ ਦੋਨਾਂ ਵਿੱਚ ਕੋਈ ਆਪਸੀ ਮੇਲ ਨਹੀਂ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਆਪਣਾ ਸਿਆਸੀ ਆਧਾਰ ਗਵਾਉਣ ਕਾਰਨ ਕੇਵਲ 3 ਸੀਟਾਂ 'ਤੇ ਸੀਮਿਤ ਹੋ ਕੇ ਰਹਿ ਗਏ। ਬਾਵਜੂਦ ਅਕਾਲੀ ਦਲ ਦਾ ਬੁਲਾਰਾ ਵਟੋਹਾ ਜ਼ਰੂਰਤ ਤੋਂ ਵੱਧ ਜ਼ਬਾਨ ਚਲਾ ਕੇ ਸਿੱਖ ਸਿਆਸਤ ਨੂੰ ਅੱਗੇ ਤੋਰਨ ਦੀ ਥਾਂ ਪਿੱਛੇ ਨੂੰ ਖਿੱਚ ਰਿਹਾ ਹੈ, ਜਿਸ ਦੇ ਬਾਰੇ ਸੁਹਿਰਦ ਪੰਥਕ ਸਿਆਸਤਦਾਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਸਿੰਘਾਂ ਨੇ ਵਿਰਸਾ ਸਿੰਘ ਨੂੰ ਸਵਾਲ ਕੀਤਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਬਲਵੰਤ ਸਿੰਘ, ਮਾਸੜ ਮਨਜੀਤ ਸਿੰਘ ਅਤੇ ਪਾਣੀਆਂ ਦੇ ਰਾਖੇ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਅਤੇ ਹਜ਼ਾਰਾਂ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਅਤੇ ਭਾਈ ਨੋਕ ਸਿੰਘ ਬੱਬਰ ਅਤੇ ਹੋਰ ਸਿੰਘਾਂ ਦਾ ਕਾਤਲ ਕਰਨ ਵਾਲੇ ਅਜਹਾਰ ਆਲਮ ਨੂੰ ਬਾਦਲਾਂ ਨੇ ਤਰੱਕੀਆਂ ਕਿਉਂ ਦਿੱਤੀਆਂ? ਵਿਰਸਾ ਸਿੰਘ ਵਟੋਆ ਪੰਥ ਨੂੰ ਇਹ ਵੀ ਦੱਸੇ ਕਿ ਅੰਮ੍ਰਿਤਸਰ 'ਚ 1978 ਬਾਦਲ ਸਰਕਾਰ ਵੱਲੋਂ ਅਤੇ ਨਕੋਦਰ ਵਿੱਚ 1986 'ਚ ਬਰਨਾਲਾ ਸਰਕਾਰ ਵੱਲੋਂ ਕਰਮਵਾਰ 13 ਸਿੰਘ ਅਤੇ 4 ਸਿੰਘਾਂ ਨੂੰ ਸ਼ਹੀਦ ਕਰਨ ਲਈ ਜ਼ਿੰਮੇਵਾਰ ਕੌਣ ਸੀ? ਵਿਰਸਾ ਸਿੰਘ ਇਹ ਵੀ ਦੱਸਣਾ ਬਣਦਾ ਹੈ ਕਿ 1986 ਦੇ ਨਕੋਦਰ ਗੋਲੀਕਾਂਡ ਦੇ ਜ਼ਿੰਮੇਵਾਰ DC ਦਰਬਾਰਾ ਸਿੰਘ ਨੂੰ ਅਕਾਲੀ ਦਲ ਨੇ ਚੋਣ ਕਿਉਂ ਲੜਾਈ ਅਤੇ SSP ਅਜਹਾਰ ਆਲਮ ਦੀ ਪਤਨੀ ਨੂੰ ਅਕਾਲੀ ਦਲ ਵਿੱਚ ਅਹਿਮ ਅਹੁਦਾ ਕਿਉਂ ਦਿੱਤਾ ਗਿਆ? ਵਿਰਸਾ ਸਿੰਘ ਵਟੋਆ ਪੰਥ ਨੂੰ ਇਹ ਜ਼ਰੂਰ ਦੱਸੇ ਕਿ ਭਾਜਪਾ ਨਾਲ ਭਾਈਵਾਲੀ ਸਮੇਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਅਤੇ ਨਰਿੰਦਰ ਮੋਦੀ ਸਮੇਂ ਅਕਾਲੀ ਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਕਰਵਾਈ ਸੀ? ਪੰਜਾਬ ਵਿੱਚ ਝੂਠੇ ਮੁਕਾਬਲਿਆਂ ਦੀ ਜਾਂਚ ਕਰਵਾ ਕੇ ਦੋਸ਼ੀ ਪੁਲਿਸ ਅਫਸਰਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਗਈ ਸੀ? 2 ਵਾਰ ਵਿਧਾਇਕ ਰਹੇ ਵਿਰਸਾ ਸਿੰਘ ਇਹ ਦੱਸਣ ਕਿ ਉਸ 'ਤੇ ਵਿਧਾਨ ਸਭਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਿਉਂ ਨਹੀਂ ਸੀ ਉਠਾਇਆ? ਉਹਨਾਂ ਵਿਰਸਾ ਸਿੰਘ ਨੂੰ ਇਹ ਵੀ ਸਵਾਲ ਕੀਤਾ ਕਿ ਉਹ ਦੱਸੇ ਕਿ ਪੁਲਿਸ ਦੇ ਉੱਚ ਅਧਿਕਾਰੀ OP ਸ਼ਰਮਾ, ਇਕਬਾਲ ਸਿੰਘ ਲਾਲਪੁਰਾ, ਅਜਹਾਰ ਆਲਮ, ਸਵਰਨ ਘੋਟਣੇ, ਇਹ ਉਹਨਾਂ ਦੇ ਨਾਲ ਗੁਪਤ ਸੰਬੰਧਾਂ ਕਿਹੋ ਜਿਹਾ ਇਹਨਾਂ ਦਾ ਰਿਹਾ ਹੈ? ਕੀ ਇਹ ਦੱਸ ਸਕਦਾ ਹੈ ਕਿ ਦਿੱਲੀ ਦੇ ਮਨਚੰਦਾ ਕਾਂਡ ਕੇਸ ਵਿੱਚ ਇਸ ਦੀ ਜ਼ਮਾਨਤ ਜਿਸ ਨੇ ਦਿੱਤੀ ਸੀ, ਅੱਜ ਇਸ ਦੀ ਵਫ਼ਾਦਾਰੀ ਉਹਨਾਂ ਪ੍ਰਤੀ ਕਿਤਨੀ ਕੁ ਹੈ? ਪੰਜਾਂ ਸਿੰਘਾਂ ਨੇ ਕਿਹਾ, ਅਸੀਂ ਭਰਾ ਮਾਰੂ ਸ਼ਬਦੀ ਜੰਗ ਦੀ ਸਿਆਸਤ ਵਿੱਚ ਵਿਸ਼ਵਾਸ ਨਹੀਂ ਰੱਖਦੇ, ਪਰ ਜਦ ਹਾਰੇ ਅਤੇ ਨਕਾਰੇ ਸਿਆਸਤਦਾਨ ਬੇਲੋੜੀ ਕਿਰਦਾਰ ਕੁਸ਼ੀ ਦੇ ਯਤਨ ਕਰਨ ਦਾ ਪੰਥਕ ਹਿੱਤਾਂ ਦੀ ਰਾਖੀ ਕਰਨ ਲਈ ਜਵਾਬ ਦੇਣੇ ਮਜਬੂਰੀ ਬਣ ਜਾਂਦੀ ਸੀ। ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਡੀਆਂ, ਭਾਈ ਤਰਲੋਸ, ਭਾਈ ਮੇਜਰ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਜੀ ਕਿਸੇ ਨਾਲ ਕੋਈ ਸੰਬੰਧ ਨਹੀਂ। ਉਸ ਸਮੇਂ ਉਹਨੇ 1 ਸਾਲ ਤੋਂ ਪਹੁੰਚ ਕਰਦਾ ਫੋਨ ਉਹਦੇ ਆਉਂਦੇ ਸੀ ਕਿਸੇ ਰਾਹੀਂ ਵੀ ਮੈਂ ਪੰਜ ਪਿਆਰਿਆਂ ਨੂੰ ਮਿਲਣਾ ਅਤੇ ਉਹ ਇਸ ਸੰਬੰਧ 'ਚ ਮਿਲਣਾ, ਕਹਿੰਦਾ ਮੈਂ ਵੇਖਣਾ ਚਾਹੁੰਦਾ ਉਹ ਕਿਹੜੇ ਪੰਜ ਪਿਆਰੇ। ਮੈਂ ਤਾਂ ਸਰਕਾਰ ਨੂੰ ਚਿੱਠੀ ਲਿਖੀ ਸੀ ਜਿਨ੍ਹਾਂ ਨੇ ਉਹਨਾਂ ਦੀ ਸਰਕਾਰ ਦੇ ਹੁੰਦਿਆਂ ਹੀ ਇਹਨਾਂ ਨੂੰ ਤਲਬ ਕੀਤਾ, ਜਹੇਦਾਰ ਨੂੰ ਪੁੱਛਿਆ ਵੀ ਤੁਸੀਂ ਕੀ ਕਰ ਰਹੇ ਜੀ। ਕਹਿੰਦਾ ਮੈਂ ਇਸ ਸੰਬੰਧ 'ਚ ਆ, ਮੇਰਾ ਕੋਈ ਲੈਣਾ ਉਹਨੇ, ਨਾ ਹੀ ਸਾਨੂੰ ਸਿਆਸੀ ਪੱਖ ਤੋਂ ਕੋਈ ਗੱਲ ਕੀਤੀ ਸਾਡੇ ਨਾਲ। ਨਾ ਜੀ ਨਾ, ਇੱਕ ਵਾਰ, ਕੋਈ ਵਾਰ ਨਹੀਂ, ਕੋਈ ਸਬੂਤ ਦੇ ਦਿਓ। ਇੱਕੋ ਵਾਰ ਸਾਡੇ ਘਰੋਂ ਆਪ ਚੱਲ ਕੇ ਆ, ਬਿਲਕੁਲ ਹੀ ਮਿਲੇ, ਕੋਈ ਸਬੂਤ ਦੇ ਪੇਸ਼ ਕਰਦੇ ਪਏ ਸਾਨੂੰ ਮਿਲੇ ਹੋ। ਇਹ ਤਾਂ ਭਾਈ ਉਹੀ ਦੱਸ ਸਕਦਾ ਨਾ ਜਿਹੜਾ ਬੋਲ ਰਿਹਾ। ਅਸੀਂ ਸਵਾਲ ਕਰਦੇ ਬਿਲਟਾ ਵਿਰਸਾ ਸਿੰਘ ਵਟੋਆ, ਇਹਨਾਂ ਦੇ ਘਰ ਕੀ ਲੈਣਾ ਆਇਆ? ਅਤੇ ਜਿੰਦਰ ਸਿੰਘ ਮਹਿਤਾ ਆਇਆ ਸੀ ਨਾਲ, ਗੁਰਮੀਤ ਸਿੰਘ ਉਹਨਾਂ ਦਾ ਜਿਹੜਾ ਸਾਲਾ ਸੀ ਉਹ ਆਇਆ ਸੀ। ਨਹੀਂ, ਵਾਪਸੀ ਦੀ ਗੱਲ ਕਰਨ ਵਾਸਤੇ ਆਏ ਤਾਂ ਕੀ ਆਪਾਂ ਉਹਨਾਂ ਕੋਲ ਵੇਖੀਆਂ ਵਾਪਸ ਹੋ ਗਏ ਹਾਂ?
ਕੀ ਉਹਦੀਆਂ ਜੋ ਸਾਨੂੰ ਸ਼ਰਤਾਂ ਰੱਖਦਾ ਸੀ ਮੰਨ ਲਈਆਂ ਮਨਜ਼ੂਰ ਕਰ ਲਈਆਂ? ਉਹ ਬਾਅਦ ਵਿੱਚ 31 ਤਰੀਕ ਨੂੰ ਇਹਨਾਂ ਮੇਰੀ ਰਿਟਾਇਰਮੈਂਟ ਦੀ ਚਿੱਠੀ ਕੱਢੀ ਅਤੇ ਇਹਨਾਂ ਨੂੰ ਨਾਲ ਹੀ ਡਿਸਮਿਸ ਕੀਤਾ। ਹਾਂ ਮੈਨੂੰ ਇਹਨਾਂ ਨੇ ਕੀਤਾ ਨਾ ਉਹਦੇ, ਨਹੀਂ ਨਹੀਂ ਇੱਕ ਮਿੰਟ ਬਾਅਦ ਵਿੱਚ ਕੀਤਾ ਨਾ, ਪਹਿਲਾਂ ਤਾਂ ਸਾਨੂੰ ਇਹਨਾਂ ਸਸਪੈਂਡ ਕੀਤਾ ਇਕੱਠਿਆਂ ਨੂੰ ਪਹਿਲਾਂ, ਨਹੀਂ ਬਰਖਾਸਤ ਤੋਂ ਬਾਅਦ ਵਿੱਚ ਕੀਤਾ ਨਾ 31 ਨੂੰ ਕੇਜਰੀਵਾਲ। ਯਾਰ ਮੈਂ ਤਾਂ ਹਾਂ, ਕੇਜਰੀਵਾਲ 31/1/2017 ਨੂੰ ਇਹਨਾਂ ਦੇ ਘਰ ਵਿੱਚ ਆਇਆ ਸੀ। ਉਦੋਂ 2 ਦਿਨ ਬਾਅਦ ਅਸੀਂ ਪ੍ਰੈਸ ਕਾਨਫਰੰਸ ਵਿੱਚ ਆਪਣੇ ਪੱਤਰਕਾਰਾਂ ਨੂੰ ਪੱਤਰ ਭੇਜਿਆ ਸੀ ਵੀ ਬਾਦਲਾਂ ਨੂੰ ਛੱਡ ਕੇ ਹੋਰ ਜਿਹਨੂੰ ਮਰਜ਼ੀ ਕੋਈ ਵੋਟ ਪਾਵੇ, ਪਰ ਬਾਦਲਾਂ ਨੂੰ ਕੋਈ ਵੋਟ ਨਾ। ਇਹ ਅਸੀਂ ਅਗਲੇ ਦਿਨ ਹੀ ਸਪਸ਼ਟੀਕਰਨ ਦੇ ਦਿੱਤਾ ਸੀ ਕਿ ਚੰਗੇ ਕਿਰਦਾਰ ਵਾਲੇ ਪੰਥਕ ਉਮੀਦਵਾਰ ਜਿਹੜੇ ਹੈਗੇ ਉਹਨਾਂ ਨੂੰ ਵੋਟਾਂ ਪਾ ਦਿੱਤੀਆਂ ਜਾਣ, ਪਰ ਬਾਦਲ ਪਰਿਵਾਰ ਨੂੰ ਨਾ ਪਾਈਆਂ ਜਾਣ। ਇਹ ਅਸੀਂ ਉਦੋਂ ਵੀ ਕਿਹਾ ਸੀ, ਅੱਜ ਵੀ ਕਹਿੰਦੇ ਹਾਂ। ਦੂਸਰੀ ਗੱਲ, ਜਿਹੜਾ ਇੱਕ ਵਿਲਟਾ ਸਿੰਘ ਆਪਣਾ ਵਿਰਸਾ ਸਿੰਘ ਵਲਟੋਆ ਨੇ ਇੱਕ ਸਵਾਲ ਕੀਤਾ ਹੈ ਕਿ ਸੁਲਤਾਨਪੁਰ ਲੋਧੀ 4 ਵਜੇ ਪੁਲਿਸ ਆਣ ਕੇ ਉੱਥੇ ਆਈ ਹੈ ਅਤੇ ਇਹਨਾਂ ਬਾਰੇ ਬੋਲੇ ਕਿਉਂ ਨਹੀਂ? ਉੱਥੇ ਜਿਹੜਾ ਹੈਗਾ ਸੀ ਉਹ 2 ਜਥਿਆਂ ਦਾ ਆਪਸੀ ਲੜਾਈ ਸੀ, ਉੱਥੇ ਕੋਈ ਧਰਨਾ ਨਹੀਂ ਲੱਗਾ ਹੋਇਆ ਜਾਂ ਉੱਥੇ ਕੋਈ ਉਹ ਲੋਕ ਨਹੀਂ ਬੈਠੇ ਜਿਹੜੇ ਕਹਿੰਦੇ ਵੀ ਸਾਨੂੰ ਇਨਸਾਫ਼ ਚਾਹੀਦਾ, ਉਹ ਇਹੋ ਜਿਹੀ ਕੋਈ ਗੱਲ ਨਹੀਂ। ਉਹਨਾਂ ਦੋਵਾਂ ਧਿਰਿਆਂ ਦੀ ਆਪਣੀ ਲੜਾਈ ਸੀ ਅਤੇ ਲੜਾਈ ਕਰਕੇ ਉੱਥੇ ਬੰਦਾ ਮਰਿਆ। ਹੁਣ ਪੰਜਾਬ ਸਰਕਾਰ ਉਹਨਾਂ ਨੂੰ ਕੀ ਕਰਦੀ ਨਹੀਂ ਕਰਦੀ, ਸਾਡਾ ਕੋਈ ਉਹਨਾਂ ਨਾਲ ਤਾਲੁਕਾਤ ਨਹੀਂ ਹੈ।